ਉਹ ਉਹਨਾਂ ਆਖਿਆ ਨਾ ਤੁਸੀਂ ਆਪਣੇ ਆਪ ਆਇਓ ਜੋ ਨਾ ਅਸਾਂ ਡਰਦੇ ਆਖਿਆ ਆਪਣੇ ਆਪ ਆਇਓ ਉਹ ਮੁੜੀ ਫਿਰ ਨੌਂ ਦੇੜੇ ਪੁੱਤੇ ਬੱਚਿਆਂ ਪੈਰੋਂ ਨਿਕਾਣਿਆ ਮਹੀਨਾ ਸਿਆਲਾ ਇੱਥੇ ਦੇ ਪੈਰ ਹੋਈਏ बिस्मिल्लाहिर्रहमानिर्रहीम अस्सलामुअलैकुम। मैं हाँ इसरार रहमान तुसा तक की यूट्यूब चैनल अपना प्यारा अठारह जी उम्मीद करना तुसा सारे भैन भ्रा खुशबाश हसो जिदा भी हसो हसने तो मुस्कुराने हसो माड़ी दवाई के अल्लाह पाक तुम सारे भैन भ्रा की खुशबाश रखा है जिदा भी रखा है हसने तो मुस्कुराने रखा है लाख ना किन्ने से पहले मैं तुम्हें क्या गल आखना कि जो साढ़े चैनल पर नवें भैन भ्रा है उन्होंने गुजारिश कि साढ़े चैनल सब्सक्राइब करो शेयर करो लाइक करो तो बैल आइकन बटन दबो ताकि अगले वीडियो नोटिफिकेशन तुम्हें जल्दी लभी जाए। जनाब अज अस मौजूद हाँ लूने सांडी ने मुकाम पर अह जुलने अज भैन भ्रा कि लूने सांडी का खूबसूरत व्यू दसने उसने नाल ही असने गुरु कितने मिले उसने गलबात भी कर सून अस जुलने तो व्यू दसने ਕੀ ਤੋਂ ਕਹਿੰਦੇ ਇਸ ਵਾਰ ਸਾਡੇ ਨਾਲ ਪਿੱਛੇ ਰੱਖੀ ਭਾਈ ਮੌਜੂਦ ਹੈ ਜਨਾਬ ਅਤੇ ਇੱਧਰ ਸਵਿਆਨ ਸਾਹਿਬ ਹੈ ਉਹ ਉੱਪਰੀ ਸਾਈਡ ਭਾਈ ਅਮੀਨ ਹੈ ਇਹ ਨਾਲ ਆਏ ਸੀ ਤਾਂ ਮੈਂ ਚਲੋ ਨਾਲ ਆਪਾਂ ਵੀਡੀਓ ਬਣਾਉਣੇ ਆ ਅਤੇ ਨਾਲ ਇੱਥਾਂ ਦੇ ਨਜ਼ਾਰੇ ਜੀ ਮਾੜੇ ਭੈਣਾਂ ਦਾ ਪ੍ਰੋ ਇਸ ਵਾਰ ਤਾਂ ਕਿਸੇ ਕੋਈ ਚਾਚਾ ਸਾਡੇ ਮੌਜੂਦ ਹੈ ਮੇਰੇ ਨਾਲ ਸਲਾਮ ਦੁਆ ਕਰਨਾ ਆ ਅਤੇ ਸਲਾਮ ਦੁਆ ਸੀ ਬਾਅਦ ਜਨਾਬ ਚਾਚੇ ਨੂੰ ਪੁੱਛਣਾ ਕਿ ਕਿਆ ਕੋਈ ਜ਼ਿੰਦਗੀ ਨੇ ਮੁਸਤਫਾ ਆਤੀਆਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਚਾਚਾ ਕੀ ਹਾਲ ਹੈ ਖੈਰੀਅਤ ਅਲਹਮਦੁਲਿਲਾ ਤੁਹਾਡਾ ਨਾਮ ਕਿਆ ਜੀ ਮੁਹੰਮਦ ਅਸਲਮ ਨਾਮ ਹੈ ਜਨਾਬ ਲੂਣੇ ਸਾਂਡੀ ਮੁਕਾਮੀ ਰਹਿਣੇ ਦੇ ਹੋ ਮੁਕਾਮੀ ਬਾਸ਼ਾਲਾ ਬੜੀ ਗੱਲ ਹੈ ਚਾਚਾ ਦੱਸੋ ਕਿ ਲੂਣੇ ਸਾਂਡੀ ਲੋਕ ਕੈਸੇ ਹੈ ਠੀਕ ਹੈ ਜੀ ਮੈਂ ਮਨਵਾਦ ਲੋਕ ਚੰਗੇ ਲੋਕ ਹੈ ਉਹ ਜਨਾਬ ਤਾਂ ਕਿਹਾ ਜੀ ਤੁਸੀਂ ਬੜੀ ਮਹਿਮਾਨਵਾਜ਼ੀ ਸਾਡੀ ਕੀਤੀ ਹੈ ਅਤੇ ਜਨਾਬ ਮੇਰੀ ਇਹ ਗੱਲ ਦੱਸੋ ਕਿ ਲੂਣੇ ਸਾਂਡੀ ਕੀ ਬੜੀ ਖੂਬਸੂਰਤੀ ਹੈ ਇਸ ਵਾਲੇ ਨੇ ਤੁਸੀਂ ਕਿਆ ਆਖਣਾ ਚਾਹੁੰਦੇ ਹੋ ਨਹੀਂ ਇੱਥੇ ਦੀ ਖੂਬਸੂਰਤੀ ਹੈ ਹੀ ਖੂਬਸੂਰਤੀ ਹੈ ਜੀ ਹਰਿਆਲੀ ਹਰ ਪਾਸਾ ਹੈ ਬੜਾ ਅਸਾਂ ਪੋਚ ਪਰਾਲਾ ਕਰਨੇ ਜੰਗਲ ਕੀ ਪਿਛਾਇਆ ਵਾ ਤਾਂ ਖੂਬਸੂਰਤੀ ਹੈ ਤਾਂ ਵੈਸੇ ਕਿਆ ਤੂੰ ਲੱਕੜੀਆਂ ਕੱਟੀ ਖੜਨੇ ਜਗ੍ਹਾ ਵਜਾ ਨਹੀਂ ਵੈਸੇ ਤਾਂ ਲੋਕ ਕਾਪੀ ਹੋਣੇ ਹੋਣੇ ਜੰਗਲ ਦੇ ਤਾਂ ਨਹੀਂ ਖੂਬਸੂਰਤੀ ਹੋਣੀ ਅਸਾਂ ਕੱਪੂ ਨੂੰ ਦੇਣਾ ਜੀ ਜੰਗਲ ਨਾ ਬੜਾ ਡਰ ਚਾਚਾ ਹਾਂ ਖੂਬਸੂਰਤੀ ਤਾਂ ਹੀ ਨਾ ਇਹ ਚੀਜ਼ਾਂ ਨੂੰ ਬੂਟੇ ਤੱਕ ਨੇ ਰੱਖੇ ਹੋਏ ਨਾ ਇਹ ਬਚਾਏ ਨਹੀਂ ਕੱਪੂ ਨੂੰ ਦਿੱਤੇ ਬੜੀ ਗੱਲ ਹੀ ਤਾਂ ਮੈਂ ਦੱਸੋ ਕਿ ਜ਼ਿੰਦਗੀ ਕਿਆ ਕੋਈ ਮਸਰੂਫੀਆਤ ਜ਼ਿੰਦਗੀ ਮਸਰੂਫੀਆਤ ਬਸ ਇਹ ਘਰਾਂ ਨਹੀਂ ਮਜ਼ਦੂਰੀ ਵੀ ਕਰਨੇ ਆ ਤਾਂ ਇਹ 3 ਸਾਲ ਹੋਈ ਗਏ ਨਿੱਕੇ ਨੇ ਐਕਸੀਡੈਂਟ ਵਾ ਮੈਂ ਉਸਾ ਨਹੀਂ ਦੇਖਭਾਲ ਕਰ ਹਾਂਜੀ ਮਾੜੇ ਭੈਣਾਂ ਦਾ ਭਰਾ ਅਸਾਂ ਅੱਗੇ ਆਏ ਇੱਥੇ ਅਮਿੰਦਰ ਸਾਹਿਬ ਬੰਨਾ ਸਾਹਿਬ ਮੈਂ ਆਪਣੇ ਭੈਣਾਂ ਭਰਾ ਕਿ ਅਮਿੰਦਰ ਸਾਹਿਬ ਦੱਸਣੇ ਹਾਂ ਅਤੇ ਨਾਲ ਇੱਥੇ ਜਿਹੜੇ ਮਜ਼ਦੂਰ ਉਹਨਾਂ ਨਾਲ ਗੱਲਬਾਤ ਕਰਨੇ ਹਾਂ ਅਤੇ ਜਿਹੜੇ ਇਹ ਪਰੀ ਸਾਈਡ ਤੱਕ ਹੀ ਸਕਣੇ ਉਹ ਠੇਕੇਦਾਰ ਹੋਏ ਜਨਾਬ ਜਾਣੇ ਪੈ ਗਿਆ ਪਿੱਛੇ ਫਿਰਨੇ ਪਹਿਲੇ ਜੁਲੀਆਂ ਉਹਨਾਂ ਨਾਲ ਗੱਲਬਾਤ ਕਰਨੇ ਹਾਂ ਪੁੱਛਣੇ ਆ ਕਿ ਜਨਾਬ ਕਿਸਾ ਜੇ ਰਿਹਾ ਕਾਰੋਬਾਰ ਤਾਂ ਕਿਤਨਾ ਟਾਈਮ ਹੋ ਗਿਆ ਮਦਰਸੇ ਨਾਲ ਕੰਮ ਜਾਰੀ ਆ ਤਾਂ ਉਹਨਾਂ ਸਾਂ ਜੁਲੀਆਂ ਉਹਨਾਂ ਨਾਲ ਗੱਲਬਾਤ ਕਰਨੀ ਹਾਂਜੀ ਮਾੜੇ ਭੈਣਾਂ ਦਾ ਪਰੋਸਾਂ ਮੇਰੇ ਮਸਜਿਦ ਦੀ ਉਹਨੇ ਛੱਤ ਪਰ ਆਈ ਗਈ ਇੱਥੇ ਸ਼ਟਰਿੰਗ ਲੈਣੀ ਪਈ ਭਾਈ ਜਬਰਾਨ ਸਾਹਿਬ ਮੌਜੂਦ ਜਨਾਬ ਠੇਕੇਦਾਰ ਹੈ ਇਹਨਾਂ ਤਲਕ ਸਾਵਲਾ ਪੀਰਾਂ ਵਾਲਾ ਅਸਾਂ ਨਾਲ ਗੱਲਬਾਤ ਕਰਨੀ ਆ ਪੁੱਛਣੀ ਆ ਕਿ ਜਨਾਬ ਕਿਤਨਾ ਟਾਈਮ ਹੋ ਗਿਆ ਤੁਸੀਂ ਕੰਮ ਕਰਨਾ ਅਸਲਾਮ ਅਲੈਕੁਮ ਵਾ ਅਸਲਾਮ ਭਾਈ ਕੀ ਹਾਲ ਆ ਠੀਕ ਹੋ ਨਾ ਜੀ ਜ਼ਬਰਦਸਤ ਦੁਆ ਸ਼ੁਕਰ ਅੱਲਾਹ ਨਾਲ ਠੀਕ ਠਾਕ ਤਾਂ ਭਾਈ ਕਿ ਕੰਮ ਕਰਨਾ ਕਿਤਨਾ ਟਾਈਮ ਹੋਇਆ ਇੱਥੇ ਮੈਂ ਸਰਕਾਰ ਇੱਥੇ ਕੰਮ ਕਰਨੇ ਆ ਤਾਂ ਅਸਾਂ ਇਹ ਕੰਮ ਤਕਰੀਬਨ 2 ਸਾਲ ਤੋਂ ਸ਼ੁਰੂ ਆ ਜਿਹੜਾ ਥੱਲੇਲਾ ਫਲੋਰ ਆ ਥੱਲੇ ਜਿਵੇਂ ਇਸ ਮਸਜਿਦ ਨਾਲ ਉਹ ਤਕਰੀਬਨ 1.5-2 ਸਾਲ ਪਹਿਲੇ ਇਸ ਨਾਲ ਕੰਮ ਹੋਇਆ ਸੀ ਉਸ ਤੋਂ ਬਾਅਦ ਰਸਤੇ ਨੇ ਬੰਦਿਸ਼ ਨਹੀਂ ਵਜ੍ਹਾ ਸੋ ਕੰਮ ਬੰਦ ਰਿਹਾ ਤਾਂ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਸ਼ੁਰੂ ਹੋਇਆ ਤਕਰੀਬਨ 2-1 ਮਹੀਨੇ ਹੋਏ ਗਏ ਹੁਣ ਅਸਾਂ ਤਕਰੀਬਨ ਹਫ਼ਤਾ ਹੋਇਆ ਅਸਾਂ ਸ਼ੁਰੂ ਕੀਤੀਆਂ ਹਫ਼ਤੇ ਤੋਂ ਕੋਈ 2-4 ਦਿਨ ਜ਼ਿਆਦਾ ਹੋ ਗਈ ਉਸ ਨੇ ਮੈਂ ਇਹ ਗੱਲ ਦੱਸੋ ਕਿ ਜਨਾਬ ਇਹ ਮਸਜਿਦ ਕੌਣ ਬਣਵਾਈ ਰਿਹਾ ਇਹ ਮਸਜਿਦ ਇੱਥੇ ਨੇ ਮੁਕਾਮੀ ਬੰਦੇ ਨੇ ਨਾਲ ਇੱਕ ਮਕਾਉਣਾ ਉਹਨਾਂ ਨੇ ਇਸ ਸਾਹਮਣੇ ਪਾਰ ਚੌਧਰੀ ਇਸ਼ਤਿਆਕ ਸਾਹਿਬ ਉਹਨਾਂ ਦਾ ਨਾਂ ਤਾਂ ਉਹ ਇਹ ਮਸਜਿਦ ਬਣਵਾਈ ਰਹੇ ਨੇ ਇੱਥੇ ਨੇ ਲੂਣੇ ਸਾਂਡੀ ਲੋਕ ਕਿਸੇ ਹੈ ਬੜੇ ਅੱਛੇ ਲੋਕ ਹੈ ਜੀ ਬੜੇ ਮਹਿਮਾਨ ਨਵਾਜ਼ ਬੰਦੇ ਇੱਥੇ ਨੇ
असा काफ़ी टाइम हो गया था कम करने, इतना भी करने रहे, नाल घरों चु भी किया, तो बड़ा अच्छा महसूस किया इन लोगों ना लिए। माशाल्लाह बड़ी गल, तो मैं गल दसो कि जनाब तुम कि छटरी ने कम शुरू किया कितना टाइम हो? मैं अपनी रखिया सरकार तकरीबन 3 साल हो, उस तो पहले मैं कम करना रहा वही को ठेकेदार है, तकरीबन 7-8 साल हो गए मैं कम करने। छुट्टी ने कम ऐसे लगा और क्या कम करने को? इसने तो अलावा सरकार में वेल्डिंग की दुकान रखी हुई रट्टा बन स्पील हाँ, तो उतना मैं कारीगर रखे हो कम करने आप जरा बस फिरना तुरना मौजा मारने बस दुआ करा करो। इसमें क्या कोई रेट हुआ शटरिंग ना, क्या कोई रेट होना शटरिंग ना? इसलिए सरकार तकरीबन 25-30 रुपये फुट चलना रेट, बाकी है कि अगर क्वाइट ज़्यादा हुआ या कम मुश्किल हुआ तो उसने हिसाब ना ही हो जाना। वेल्डिंग ना वेल्डिंग ना को नहीं, बस उसना हर चीज़ है ना अपना अपना रेट है, फुटा ने हिसाब है, जिस तरह कोई चीज़ होनी उस तरह रेट होना। शटरिंग ने मजदूरी ने कितने पैसे देने? इन्हें कि जरा कारीगर होना उसकी 1000 रुपया दिहाड़ देने, जरा उस थोड़ा लो होना थोड़ा कम करना उसकी 800 रुपया देने, त्रै टाइम रोटी राइश, तो मजदूर की 700 रुपया दिहाड़, त्रै टाइम रोटी राइश। वेल्डिंग वो तनखा ले सरकार असों को लाने और 18,000-20,000 रुपया इस तरह तनखाह है, खान पीन खर्चा राइश ये असा नहीं होनी। कम शम किस तरह वेल्डिंग जबरदस्त है कि शटरिंग इलाज दोए शुक्र अल्लाह ना असों को फर्स्ट क्लास है, अल्लाह असों की बहुत रोजी देना दोनों चो। और कितने कम रखे इस एरिए जैसा ना और कम को नहीं, बस यही है बस खत्म कर सकता है ये काम खत्म कर सो उसके बाद कड़ा काम शुरू कर सो कुछ है इस तो बाद असा अच्छा ये खत्म करी इस तो बाद असा सरखी शुरू कर सा हां उसने एक थल्ले ली छत असा उसने लाई भी अब दो स्टोरी नो था काम शुरू हुआ इसने तो बाद असा उसने शुरू कर सा कोई कार माल डंगर क्या होते कोनी मां रखियां बकरियां रखियां कार कितनी आ गई थे कोई तकरीबन 6-7 रखियां कोनी बीतलियां सिंधियां या देसी हैं देसी है बस ओके शौकियां रखे होंगे या वैसे ही कोने शोने बेचने हो नहीं बेचनी होया तो बेची होने वैसे शौक ना हाँ जी भाई गल दसो कि असा कि जनाब थोड़ा बचपन किस तरह गुजरिया बचपन बस जी तकरीबन मैट्रिक तो मैट्रिक तक असा स्कूल में गया मैट्रिक पास ही माड़ी तो उसने तो बाद तकरीबन स्कूल आले पास दिल तो खत्म ही हो गया तो फिर वो छोड़ ही दिता तो कम काज लगी पे माशाल्लाह फिर ठीक है जी चलो कम काज भी अपना बिजनेस हो गया एक तो मैं दसो कि ना ज्यादा अच्छी होनी बस अच्छी जानी है जी कोई थोड़ी पत्ती अच्छी नहीं होगा अगर दो कलियां या दो लेना होगा ना तो नहीं सुना शाहे मदीना शाहे मदीना यसरब के वाली सारे नबी तेरे दर के सवाली शाहे मदीना शाहे मदीना। माशाल्लाह जी बड़ी सोहनी आवाज़ अल्लाह पाक ने दी है भाई जबरान सा गल दसो कि साढ़े तकने के भैन भ्राएं क्या पैगाम दे रहे हो? मैं अपने सारे भैन भ्राएं गै सलाम अर्ज करना सारे की माड़ी तरफों सलाम है और उस तो बाद में सारे अजीजा दोस्तों की यह गल आखना जोड़े बच्चे या साढ़े भ्रा दोस्त स्कूलों कॉलेजों पढ़ने उन्होंने मैं यही आख सा कि सब तो बुनियादी चीज़ जी तालीम ही है सो कोशिश करो कि तालीम हासिल करो चलो अपने इलाके ना नाम रोशन करो अपने वाल देना ना अपने अजीजों कार बना और जेड़े साढ़े भ्रा दोस्त असा आले निकम्मे नहीं कुछ करने उन्होंने क्या मैं इे आख सा रिक्वेस्ट कर सा कि जड़ा भी सौ कोई चंगा कम लगना उस कम शुरू करो कम करो अपनी रोजी कमाओ बुरिया कमों तो भी बची रहो जल्द सो कारोबार कर सो एक माशरे सुना अपना नाम भी उसी इज्जत भी उसी तो बाकी सारे गै माड़ी है रिक्वेस्ट है कि असं वास्ते भी दुआ करो तो आप भी चंगे कम करो। माशाल्लाह जी भाई जबरान बड़ी सोहनिया गल्लां कीतियां। भैनों का भ्राओ तक्की सकने तुसा ये पिछली साइड जनाब मस्जिद है ये मस्जिद जी तैयार हो रही है असा तुम ये बैक कैमरे दसने इसका व्यू तो नाल लगने लगे कोई कार इन्होंने व्यू दसने बैक कैमरे पर
हाँ जी माड़े भैनों पर अगर अस एक बजुर्ग मिली गए मैं सलाम दुआ करने तो पुछने के जनाब ये धमन खड़ी तकी सकने पिछले सैर धमन दिसना उसी तो खंडे से तो मैं हाँ बजुर्ग बंदे तो मैं लो धमन का गलबात करने अस्सलाम वालेकुम। वालेकुम सलाम। बजुर्ग क्या हाल है? चंगा बच्चा पाँच बीमारियां लग गई हुई डे लगने चौदह हजार उस दिता जो प्राइवेट छो अठ हजार उस छुप शी रखी रखा कुत्ता खाई गया पता लग गया कदू खादा चार पांच दिन उम्र सुन कितनी है? उम्र 80 85 फिर तो पुराने हो। पुराने हो सन 92 ना सन 46-45 जोड़े खड़े ने 32 बंदे कुदा खड़े ने और राजी बिहारी गए फिर मीपू टुरी गए पैरों ना जुटी कोई नहीं मीपू खाई तो भिमरा भिमरा से अगर सनेड़ी जगह ना आया रखी किंदा ने ये 25 असा दो 32 चो दो रखे ने ਉਹ ਮਾਰਾ ਦਸ ਬੋਤਰਾ ਉਹਦਾ ਮਹਿਣਾ ਰਹਿਣਾ ਮੈਂ ਮਹਿਣਾ ਇਹ ਡੱਕੋ ਨੇ ਅੰਦਰ ਮੈਂ ਡੱਕੀ ਉਹ ਰੱਖਿਆ ਉਸੀ ਫੌਜ ਗਏ ਸੀ ਉਹ ਫੌਜੀ ਜੇ ਖੜੇ ਆ ਛੋਲੇ ਖੜੇ ਸੀ ਤਾਂ ਫਿਰ ਮੁੜੇ ਕਿਧਰ ਆਏ ਵਾਪਸ ਉਹ ਉਹਨਾਂ ਆਖਿਆ ਨਾ ਤੁਸੀਂ ਆਪਣੇ ਆਪ ਆਏ ਹੋ ਜੋ ਨਾ ਅਸਾਂ ਡਰਨੇ ਆਇਆ ਆਪਣੇ ਆਪ ਆਏ ਹੋ ਉਹ ਮੁੜੀ ਫਿਰ ਨੌਂ ਜਿਹੜਾ ਪੁੱਤੇ ਬੱਚਿਆਂ ਪੈਰੋਂ ਨਿਕਾਣੇ ਮਹੀਨਾ ਸਿਆਲਾ ਜਦ ਇੱਥੇ ਪੈਰ ਹੋਈ ਹੈ ਮਾਸ਼ਾਅੱਲਾ ਜਵਾਨੀ ਗਏ ਸੀ ਉਹ ਹਾਂ ਦੱਸੋ ਤੁਹਾਨੂੰ ਕੋਈ ਜਵਾਨੀ ਦਾ ਵਾਕਿਆ ਹੋਇਆ ਜਿਹੜਾ ਆਇਆ ਜਾਂ ਕੋਈ ਸੁਣਾਈ ਜੁੜੋ ਸਹੀਂ ਤੇ ਜਵਾਨੀ ਦਾ ਵਾਕਿਆ ਆਹਿਆ ਨੇ ਲੋ ਕੱਟਿਆ ਪਿੱਛੇ ਜ਼ੋਰ ਅਟਿਆ ਰੱਬ ਉੱਥੇ ਸਟਿਆ ਜਿੱਥੇ ਮੇਰ ਰਾਇਆ ਰੰਗ ਜ਼ਰਦ ਪੀਲਾ ਸੁੱਕੀ ਵਾਂਗ ਤੀਲਾ ਕਰੋ ਲੱਖੀ ਲਾ ਬਚਣਾ ਫੇਰ ਨਹੀਂ ਲਾਈ ਝੂਠੀ ਯਾਰੀ ਗੁਜ਼ਰੀ ਅਮਰ ਸਾਰੀ ਅੱਗੇ ਮਜਲ ਸਾਰੀ ਲੰਘੇ ਸ਼ੇਰ ਨਹੀਂ ਅਸਲਮ ਯਾਰ ਪਿਆਰੇ ਲਾਣੇ ਝੂਠੇ ਲਾਰੇ ਆਸ਼ਕ ਟੁਰਨ ਵਾਲੇ ਲਾਣੇ ਦੇਰ ਨਹੀਂ ਵਾਹ ਬਜ਼ੁਰਗੋ ਵਾਹ ਹੋਰ ਕੋਈ ਸ਼ੇਰ ਸੁਣਾ ਦੇ ਕੋਣੀ ਕਲ ਕਲ ਤਕਦੀਰ ਨੂੰ ਕੌਣ ਮੋੜੇ ਸਿੱਧਾ ਕੌਣ ਕਰੇ ਲਿਖਾਂ ਪੁੱਠਿਆਂ ਨੂੰ ਦਾਰੂ ਅਸਲ ਵਿਰਾਗ ਦਾ ਕਿੱਥੋਂ ਮਿਲ ਸੀ ਜਿਹੜਾ ਦੇਸਾਂ ਦਿਲਾਂ ਤਰੁੱਠਿਆਂ ਨੂੰ ਸਿਰੋਂ ਖੱਤ ਜ਼ਮਾਨਦਾਰ ਮੈਂ ਪਾਵਾਂ ਰਾਜੀ ਕਰੀ ਦੇ ਯਾਰਾਂ ਰੁੱਠਿਆਂ ਨੂੰ ਇਹ ਮੈਂ ਗੱਲ ਦੱਸੋਗੇ ਇਤਨੇ ਸ਼ੇਰ ਯਾਦ ਆਪੂ ਕਿਤੇ ਜਾਂ ਕੁਛ ਯਾਦ ਕਰਾਏ ਦੇ ਨਾ ਆਪੂ ਕਿਤੇ ਆਪਣੇ ਦੋਹਰੇ ਸ਼ੇਰ ਬੋਲ ਰਹੇ ਹੋ ਕੋਣੀ ਬੋਲ ਰਹੇ ਇੱਕ ਵਾਲੇ ਪਟਵਾਰੀ ਆ ਆਪਣੀ ਜ਼ਬਾਨੀ ਅੱਲੋ ਫਾਇਲ ਸੇ ਐਸ਼ ਬਖਾਰ ਕਰਸੇ ਕੁਲਟੇ ਪੈ ਗਏ ਮਸਤ ਜਜ਼ਾਈਆਂ ਨੇ ਸੰਗੀ ਸੋ ਸੇ ਦੇਈ ਜਵਾਬ ਟੁਰੇ ਆਖੇ ਲਗੀ ਲੋਕਾਂ ਬਗਾਣਿਆਂ ਨੇ ਜਿੰਦ ਤੜਫਦੀ ਤੜਫਦੀ ਲਿਕੁੜ ਪੈਸੀ ਜੀਆਂ ਬੱਕਰੇ ਕੁਸਣ ਕਸਾਈਆਂ ਨੇ ਫਜ਼ਲ ਸ਼ਾਹ ਆਖੇ ਯਾਰ ਅੱਜ ਉੱਠੀ ਟੁਰੇ ਜਿਹੜੇ ਲਿਖੇ ਲੇਖ ਜਦਾਈਆਂ ਨੇ ਅਲਾ ਮੀਆਂ ਗੱਲ ਦੱਸੋ ਕਿ ਜਵਾਨੀ ਦੀ ਬਾਸ਼ਾਂ ਪੌੜੀ ਤਾਂ ਕੋਣੀ ਪੌੜਾ ਥੋੜ੍ਹੀ ਬੋਤੀ ਤਾਂ ਕੋਈ ਸਹੀ ਕਾਬੂ ਕੀਤਾ ਵਾ ਤਾਂ ਕੜਾ ਪਹਿਲਵਾਨ ਸਾ ਪਹਿਲਵਾਨ ਹੀ ਆ ਤੁਸਾਂ ਦੇ ਮਾੜੇ ਦੇ ਲੋੜੇ ਲੱਭਣੇ ਦੇ ਤਾਂ ਤਾਂ ਕੋਡੀ ਉਡੀ ਖੇੜੀ ਤਾਂ ਕੋਣੀ ਅਜੇ ਵੀ ਯਾਰਾ ਕੋਡੀ ਨਹੀਂ ਖੇੜੀ ਪਰ ਮੈਂ ਦਾ ਡਣਾ ਨਾ ਵੈ ਬੱਚਿਆ ਧਿਆਨ ਧਿਆਨ ਲਾ ਹਾਂਜੀ ਬਜ਼ੁਰਗੋ ਇਹ ਗੱਲ ਦੱਸੋ ਨੀ ਕਿ ਤੁਸਾਂ ਨੇ ਬੱਚੇ ਕਿਤਨੇ ਆ ਬੱਚੇ ਬੱਚਿਆ ਦੋ ਰਹਿਣੇ ਦਾ ਕਰੂੜੀ ਆ ਇੱਕ ਦਿਲਾਂ ਦਾ ਮਰੀਜ਼ ਆ ਇੱਕ ਸਾਦਾ ਉਸੇ ਦਿਹਾੜੀ ਪੂਰੇ ਕੋਲ ਨਹੀਂ ਲਾਉਣਾ ਆਈ ਆ ਲੋਕ ਦੇਣੇ ਦੇ ਉਹ ਬੱਚੇ ਲੋਕਾਂ ਪਾਲੀ ਦਿੱਤੇ ਪਤਾ ਨਹੀਂ ਕਹਿ ਜਾ ਰਿਹਾ ਮੈਂ ਕੌਣ ਦੇਣਾ ਸਾ ਇਹ ਗੱਲ ਮੈਂ ਆਖਰ ਆਪ ਜੁੱਤੀ ਵਿਆਹ ਨੀ ਪਿਪਲੀ ਲਾਲ ਛਪਾਈ ਹੋਣੀ ਸੀ ਤੇ ਡੰਗਾਣਾ ਉੱਠੀ ਆ ਆਖਰ ਮੈਂ ਆਪਣੇ ਤਗਣੇ ਦੇ ਭੈਣਾਂ ਭਰਾਈਆਂ ਗੱਲ ਆਉਣਾ ਕਿ ਜਿਹੜੇ ਬਜ਼ੁਰਗ ਹੈ ਜਨਾਬ ਇਹਨਾਂ ਨੇ ਇੱਕ ਬੱਚਾ ਰੁੜੀ ਗਿਆ ਇੱਕ ਸਾਦਾ ਆ ਤਾਂ ਇੱਕ ਬਿਮਾਰ ਆ ਤਾਂ ਜਿਹੜੇ ਕੋਈ ਭੈਣਾਂ ਭਰਾ ਇਹਨਾਂ ਨੇ ਮਦਦ ਕਰਨੇ ਚਾਹੁੰਦੇ ਆ ਤਾਂ ਇਹ ਜਨਾਬ ਇਹ ਲੂਣਾ ਸੰਡੀ ਰਹਿਣੇ ਆ ਅਤੇ ਤਾਂ ਚੀਨਾ ਬਜ਼ੁਰਗਾਂ ਨੂੰ ਕੋਈ ਪਤਾ ਕਿ ਨਹੀਂ ਤਾਂ ਇਹਨਾਂ ਨੇ ਮਦਦ ਕਰੀ ਸਕਣਾ ਆ ਤਾਂ ਹੁਣ ਅਸਾਂ ਅੱਗੇ ਜੁਲੇ ਹਾਂ ਜਨਾਬ ਤਾਂ ਅਗਲਾ ਤੁਸੀਂ ਵਿਊ ਦੱਸਣੇ ਅਗਰ ਕੋਈ ਮਿਲੀ ਗੱਲ ਬਾਤ ਕਰਸਾਂ ਇਹ ਪਿਛਲੀ ਕੋਠੀ ਆ ਇੱਥੇ ਆਇਆ ਤਾਂ ਖਾਨ ਸਾਹਿਬ ਤੋਂ ਜਨਾਬ ਇਹ ਤਾਂ ਕਿਸੇ ਨੇ ਪਿਛਲੇ ਪਲਸਟਰ ਨਾਲ ਕੰਮ ਕਰਨੇ ਪਏ ਮੈਂ ਇਹਨਾਂ ਪੁੱਛਦੇ ਹਾਂ ਕਿ ਜਨਾਬ ਕਿੰਨਾ ਟਾਈਮ ਹੋ ਗਿਆ ਤੁਸੀਂ ਕੰਮ ਕਾਜ ਕਰਨੇ ਆ ਤਾਂ ਉਹਨਾਂ ਨਾਲ ਗੱਲਬਾਤ ਕਰਨੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਖਾਨ ਸਾਹਿਬ ਕੀ ਹਾਲ ਹੈ ਠੀਕ ਠਾਕ ਖੈਰੀਅਤ ਹੈ ਤੁਸੀਂ ਨਾ ਗਿਆ ਨਦੀਮ ਕਿੰਨਾ ਟਾਈਮ ਹੋ ਗਿਆ ਕੰਮ ਕਰਨੇ ਆ ਇਹ ਤਕਰੀਬਨ 2-3 ਸਾਲ ਹੋ ਗਿਆ ਉਸ ਦੇ ਪਹਿਲੇ ਆ ਕਰਨੇ ਸੀ ਉਹ ਪਹਿਲੇ ਵੀ ਆਤਾ ਥਾ ਪਹਿਲੇ ਵੀ ਆਤਾ ਥਾ ਹਾਂ ਤਾਂ ਤੁਸੀਂ ਕਿਹੜੀ ਜਗ੍ਹਾ ਤੱਕ ਰੱਖਣੇ ਹੋ ਚਿਤਰਾਲ ਇੱਥੇ ਹੋ ਰਹਿਣੇ ਹੋ ਇੱਥੇ ਇੱਧਰ ਰਹਿਣੇ ਹੋ ਇੱਧਰ ਜਾਂਦੇ ਹੋ ਹਾਂ ਖਾਨ ਸਾਹਿਬ ਇਹ ਗੱਲ ਦੱਸੋ ਕਿ ਇੱਥੇ ਦੇ ਲੋਕ ਕਿਵੇਂ ਆ ਲੋਕ ਅੱਛੇ ਅੱਛੇ ਆ ਜਾਂ ਬਿਲਕੁਲ ਅੱਛੇ ਬਿਲਕੁਲ ਅੱਛੇ ਆ ਤੁਸੀਂ ਕੋਈ ਦਿਹਾੜ ਸ਼ਹਿਰ ਕੇ ਆਈ ਆ ਦਿਹਾੜ ਬਰਸ ਸਭ ਕੋਠੀ ਕੁਛ ਨਹੀਂ ਕੰਮ ਕਰਨੇ ਪਿਓ ਇਹ ਇਸ਼ਤਿਆਕ ਕਿਹਦਾ ਕੰਮ ਜਾਈ ਰਿਹਾ ਸਹੀ ਕੰਮ ਹਾਂਜੀ ਖਾਨ ਸਾਹਿਬ ਆਹ ਗੱਲ ਦੱਸੋਗੇ ਆਹ ਸਾਰੇ ਤਕਨੇ ਲੈ ਭੈਣਾਂ ਭਰਾ ਕੀ ਪਿਆਮ ਦੇ ਰਹੇ ਹੋ ਸਲਾਮ
सलाम दे रहे हो। हाँ जी, हाँ साहब ने गल की, क्या जुलने कोई मिली गया गल? ਹਾਂਜੀ ਮਾੜੇ ਭੈਣਾਂ ਦਾ ਭਰਾ ਤਾਂ ਕਿ ਤੱਕ ਪਿਛਲੀ ਸਾਈਡ ਸਾਡੀ ਹਵਾ ਮਾਰ ਰਹੀ ਆ ਸਾਡੇ ਨਾਲ, ਅਤੇ ਅਸਾਂ ਵੀ ਜਾ ਰਹੇ ਹਾਂ ਲੋੜਾ ਸਾਡੀ ਜੋ ਅੱਗੇ, ਅਤੇ ਕੋਈ ਹੋਰ ਭਾਈ ਮਿਲੇਗੀ ਤਾਂ ਗੱਲਬਾਤ ਕਰ ਸਕਦਾ ਕੋ ਭਾਈ ਰਕੀਬ ਅਤੇ ਨਾਲ ਭਾਈ ਅਮੀਨ, ਅਤੇ ਉਹ ਵੀ ਇਸਨੇ ਤੱਕ ਤੱਕ ਮੋਟਰਸਾਈਕਲਾਂ ਪਰ ਉਹਨਾਂ ਨੇ ਵੀ ਜਿਹੜੇ ਖਿਆਲਾਤ ਹੈ ਜਿਹੜੇ ਉਹਨਾਂ ਨੇ ਟਾਈਮ ਸਾਡੇ ਨਾਲ ਗੁਜ਼ਰਨਾ ਪਿਆ, ਉਸਨੇ ਕੈਸਾ ਟਾਈਮ ਗੁਜ਼ਾਰੀ ਦੇ ਅਤੇ ਕੈਸਾ ਮਹਿਸੂਸ ਕਰੇ ਲੋੜਾ ਸਾਡੀ ਨੇ ਏਰੀਏ ਵਿੱਚ ਅੱਛੀ ਤਾਂ ਲੋਕਾਂ ਕਿਤਨਾ ਪਿਆਰ ਦਿੱਤਾ ਇਹ ਅਸਾਂ ਸੁਣਦੇ ਹਾਂ ਭਾਈ ਅਮੀਨ ਅਤੇ ਭਾਈ ਰਕੀਬ ਦੀ ਜ਼ੁਬਾਨੀ ਅਤੇ ਕਾਫੀ ਪਿੱਛਾ ਹੈ ਭਾਈ ਰਕੀਬ ਨਾਲ ਕਰ ਸੁਣ ਮੋਟਰਸਾਈਕਲ ਭਾਈ ਅਮੀਨ ਇਹ ਗੱਲ ਦੱਸੋਗੇ ਲੋੜਾ ਸਾਡੀ ਨੇ ਲੋਕਾਂ ਕਿਤਨਾ ਪਿਆਰ ਦਿੱਤਾ ਦੇ ਬਹੁਤ ਜ਼ਿਆਦਾ ਭੈਣਾਂ ਦਾ ਭਰਾ ਅਸਾਂ ਅੱਗੇ ਜਾ ਰਹੇ ਹਾਂ ਤੱਕੀ ਸਕਣੇ ਹੋ ਮਾੜੇ ਨਾਲ ਸਫਿਆਨ ਸਾਹਿਬ ਕੀ ਸਾਹਿਬ ਤਾਂ ਅਮੀਨ ਸਾਹਿਬ ਵੀ ਅਸਾਂ ਜਾ ਰਹੇ ਹਾਂ ਅੱਗੇ ਅਸੀਂ ਨੱਕੀ ਸੀ ਜਿਸਨੇ ਬਾਈ ਸੀ ਉਸ ਨੱਕੀ ਪਰ ਜਾਣਾ ਪਿਆ ਉਸ ਤੋਂ ਅਸਾਂ ਖੂਬਸੂਰਤ ਬਣਾ ਲੈਣਾ ਵਿਊ ਦੱਸਣੇ ਹਾਂ ਇਸਨੇ ਨਿਚਲੀ ਸਾਈਡ ਬਣਾ ਲਾਇਆ ਲੋੜਾ ਸਾਡੇ ਇੱਥੇ ਅਸ਼ਤਾਮ ਹੋਣਾ ਆ ਉੱਥੋਂ ਆਪਣਾ ਲੈਣਾ ਵਿਊ ਸ਼ੁਰੂ ਹੋਣਾ ਆ ਜਾ ਰਹੇ ਤੱਕੀ ਸਕਣੇ ਹੋ ਰਸਤਾ ਕਾਫੀ ਮੁਸ਼ਕਿਲ ਵੀ ਆ ਬਸ ਛਿਕਿਆ ਹੋ ਗੰਬੇ ਗਏ ਜੀ ਅਸਾਂ ਵੀ ਅਤੇ ਹੁਣ ਤੱਕਣੇ ਹਾਂ ਕਿਹੜਾ ਟਾਈਮ ਨੱਕੀ ਪੁੱਛਣੇ ਹਾਂ ਅਤੇ ਆਪਾਂ ਕੋਈ ਰਾਹ ਵੀ ਲੋੜਨੇ ਹਾਂ ਨਾਲ ਅੱਗੂ ਤੱਕਣੇ ਹਾਂ ਅੱਗੂ ਮੁਸ਼ਕਿਲ ਹੈ ਅਤੇ ਜਨਾਬ ਆਉਣੇ ਅੱਗੂ ਰਾਹ ਮੁਸ਼ਕਿਲ ਆ ਤਾਂ ਪਿੱਛਾ ਮੁੜ ਗਈਆਂ ਮੈਂ ਵਾਪਸ ਅਤੇ ਹੁਣ ਤੱਕਣੇ ਹਾਂ ਜੀ ਇਹ ਪਿਛਲੀ ਸਾਈਡ ਵਾਹ ਦੋਨੇ ਜਾਣੇ ਪਈ ਭਾਈ ਅਮੀਨ ਨੱਸੋ ਨਾ ਨਾਲ ਕੋਈ ਸਾਡੇ ਭੈਣਾਂ ਭਰਾ ਸਲਾਮ ਦੁਆਰੀ ਦੇਖੋ ਅੱਛਾ ਦੱਸੋਗੇ ਰਾਸਤੇ ਕੈਸੇ ਹੈ ਬਹੁਤ ਮੁਸ਼ਕਿਲ ਹੈ ਜੀ ਅਤੇ ਖੂਬਸੂਰਤੀ ਕੈਸੀ ਆ ਇਸ ਲਾਗੇ ਨਹੀਂ ਅਤੇ ਕੈਮਰੇ ਕੀ ਵਾਜੀ ਖੂਬਸੂਰਤੀ ਦੇਖੀ ਅਸੀਂ ਕਹਿਣੇ ਹੋ ਕੈਮਰੇ ਕੀ ਅਜੇ ਖੂਬਸੂਰਤੀ ਦੇਖੀ ਜਾ ਜਿਹੜੀ ਹੱਥ ਤੱਕਣੇ ਪਏ ਹਾਂ ਮੁਸ਼ਕਿਲ ਲੈਣੀ ਜੀ ਰਾਸਤਾ ਕਾਫੀ ਮੁਸ਼ਕਿਲ ਹੈ ਸਾਹ ਸ਼ਾਦ ਨਹੀਂ ਚੜਿਆ ਵਾ ਅਤੇ ਘਰੋਂ ਕੋਈ ਰੋਲਾ ਸੋਲਾ ਨਹੀਂ ਨਾ ਬਣਾ ਭੈਣ ਜੀ ਨਿਕਲੀ ਆਏ ਹਾਂ ਅਤੇ ਕਾਰ ਕਦੋਂ ਜੁਸਾਂ ਹੈਲਾ ਅਤੇ ਹੁਣ ਅਸਾਂ ਪਹੁੰਚੇ ਹਾਂ ਜਨਾਬ ਜਿੱਥੇ ਦਰਿਆ ਆ ਦਰਿਆ ਨਾ ਜੀ ਹਾਲਾ ਮੈਂ ਆ ਗੱਲ ਤਾਂ ਮੈਂ ਬਣਨਾ ਸੀ ਉਹਨਾਂ ਦਾ ਭੈਣਾਂ ਭਰਾ ਵੀ ਸੋਚ ਲੈਂਦਾ ਜੇ ਬਣਨੀ ਕੀ ਦਰਿਆ ਹੈ ਨਾ ਮੈਨੂੰ ਪਤਾ ਵੀ ਨਹੀਂ ਨਾ ਉਮਰ ਤੱਕੋ ਨਾ ਮਾੜੀ ਮੈਂ ਥੱਕੀ ਜਾਂਦੇ ਅਤੇ ਮਾਸ਼ਾਅੱਲਾ ਅੱਗੇ ਤੱਕ ਹੋਏ ਜਿਹੜੀ ਅਗਲੀ ਵਾਹ ਜਾਣੀ ਵੀ ਕਿਤੇ ਸਪੀਡ ਸਪੀਡ ਜਾਣੀ ਵੀ ਤਾਂ ਨਹੀਂ ਆਇਆ ਭਾਈ ਅਮੀਨ ਜਿਹੜੇ ਪਿੱਛੇ ਹਸਣੇ ਪਿਆ ਉਹ ਕੱਲੇ ਜੋ ਅਸਾਂ ਕੀ ਵੀਰਾ ਇਹ ਇਤਨੇ ਰਸਤੇ ਮੁਸ਼ਕਿਲ ਹੈ ਜਨਾਬ ਤਾਂ ਟੁਰੀ ਟੁਰੀ ਮਰੀ ਗਈਆਂ ਅਸਾਂ ਅਤੇ ਵੈਸੇ ਜੇ ਸਾਰਿਆਂ ਨੂੰ ਅੱਗੇ ਨਹੀਂ ਭਾਈ ਉਹ ਜਾਣੇ ਪਏ ਦੱਸਣਾ ਆ ਹੁਣ ਪੈਰਾਂ ਨਾਲ ਅਸਾਂ ਆਏ ਹਾਂ ਪਰ ਉਹਨਾਂ ਗੱਲਬਾਤ ਨਹੀਂ ਕੀਤੀ ਹੈ ਪੂਰਾ ਪੂਰਾ ਉਹਨਾਂ ਤਾਂ ਆਉਣ ਸਾ ਜਨਾਬ ਉਹਨਾਂ ਬੜੀ ਸਾਰੀ ਮਦਦ ਕੀਤੀ ਹੈ ਇੱਥੇ ਆਈਆਂ ਕਿਹਣੀ ਤਾਂ ਵੀਰ ਡੱਕੇ ਚੜ੍ਹੀ ਗਏ ਤੱਕਣੇ ਆ ਇੱਥੋਂ ਕਿ ਜੇ ਨਜ਼ਾਰੇ ਆ ਜਨਾਬ ਇੱਕ ਆਪਦਾ ਜਾਂਦਾ ਲੱਗੀ ਬੁਣ ਬਾਏ ਮਾਰਨ ਪਹਿਲਾਂ ਪਤਾ ਵੀ ਕੋਈ ਦੇ ਅਤੇ ਤੱਕਣੇ ਹਾਂ ਜੀ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਵਿਊ ਤੂੰ ਦੇਖ ਰਿਹਾ ਅਤੇ ਮਾਸ਼ਾਅੱਲਾ ਅਸੀਂ ਨਾਲ ਅਸਾਂ ਅੱਜ
ਇੱਥੋਂ ਮੈਂ ਬਨਾਲਾ ਵਾਲਾ ਏਰੀਆ ਵੀ ਦੱਸਣੇ ਆ। ਇਹ ਭਾਈ ਬਨਾਲਾ ਨਾਲ ਹੋਰ ਕਿਹੜਾ ਏਰੀਆ ਲਾਉਣਾ, ਹੋਰ ਕਿਹੜਾ ਇੱਥੇ ਏਰੀਆ ਲਾਉਣਾ ਨਾਲ? ਹਲੋ ਨਾ ਜਿਕਿਆ ਜਨਾਬ ਕੰਮ ਹੈਗੀ, ਅਸਾਂ ਤੁਹਾਨੂੰ ਪੂਰੀ ਤਫਸੀਲ ਸਮਝਾਇਆ ਹੈ। ਹਾਂਜੀ ਮਾੜੇ ਭੈਣਾਂ ਦਾ ਭਰਾ ਤੱਕੀ ਸਕਣੇ ਹੋ, ਅਸਾਂ ਖੂਬਸੂਰਤ ਇਲਾਕੇ ਆਈ ਗਏ ਹਾਂ। ਇਹ ਤੱਕੀ ਸਕਣੇ ਥੱਲੇ ਦਰਿਆ ਜਾਣਾ ਪਿਆ, ਦਰਿਆ ਹਾਂਜੀ ਇਹ ਥੱਲੇ ਤੱਕੀ ਸਕਣੇ ਦਰਿਆ ਜਾਣਾ ਪਿਆ ਨਾਲ, ਕਿਤਨਾ ਖੂਬਸੂਰਤ ਇਲਾਕਾ। ਇਹ ਮੈਂ ਅੱਗੇ ਭਾਈ ਹੋਰ ਗੱਲਬਾਤ ਕਰਨੀ ਜੁੜੀ ਤਾਂ ਉਹਨਾਂ ਨਾਲ। ਜਨਾਬ ਮਾਸ਼ਾ ਦੱਸਣ ਕਿਹੜਾ ਇਲਾਕਾ ਆ? ਇਹ ਭਾਈ ਮਿਹਰਬਾਨੀ ਕਰੋ ਪਹਿਲੇ ਤਾਂ ਆਪਣਾ ਨਾਂ ਦੱਸੋ, ਤੁਹਾਡਾ ਨਾਂ ਗਿਆ? ਅਲਾ ਛੋੜੋ ਜੀ ਇਲਾਕਾ ਦੱਸ ਜੋ ਅਲਾ। ਇਹ ਤਾਂ ਜਨਾਬ ਭਾਈ ਹੋਰਾਂ ਨੇ ਭਰਪੂਰ ਦਾਵਣ ਭਾਈ ਹੋਰ ਠੰਡਾ ਖੜਾ ਆਉਂਦਾ, ਮਿਹਰਬਾਨੀ ਤੇ ਸ਼ੁਕਰੀਆ। ਹਾਲੀ ਫਿਰ ਦੱਸ ਜੋ ਜਨਾਬ ਠੰਡਾ ਦੱਸ ਜੋ ਤਿਆਰ ਕਰੋ ਨਾ ਉਸੇ ਬਾਹਰ ਇਲਾਕਾ ਨਾ ਦੱਸ ਜੋ ਕਿਹੜੇ ਕਿਹੜੇ ਇਲਾਕੇ ਲਾਉਣੇ ਨਾਲ। ਇਹ ਇਲਾਕਾ ਬਣਾ ਲਾ ਲਾਉਣਾ ਜੀ ਸਾਹਮਣੇ, ਇਹ ਸਾਹਮਣੇ ਰਾਉਲਪਿੰਡੀ ਤਹਿਸੀਲ ਕਲਸ ਵਿੱਚ ਦਾਣਾ ਜੀ। ਅੱਛਾ ਇਸ ਸਾਈਡ ਜ਼ਿਲ੍ਹਾ ਕੋਟਲੀ, ਕਿਹੜੀ ਸਾਈਡ? ਲੈ ਪਿਛਲੀ ਸਾਈਡ ਜ਼ਿਲ੍ਹਾ ਕੋਟਲੀ, ਜ਼ਿਲ੍ਹਾ ਕੋਟਲੀ ਤਹਿਸੀਲ ਸਿਰਸਾ ਜੀ। ਜਨਾਬ ਮੈਂ ਤੁਹਾਨੂੰ ਗੱਲ ਦੱਸਣਾ ਕਿ ਮੈਂ ਸੁਣਿਆ ਜਿੱਥੇ ਤੱਕ ਕਿ ਜਨਾਬ ਕੋਈ ਵੱਲੀ ਸੀ ਜਿਹੜੇ ਜਿਹਨਾਂ ਦਰਿਆ ਚੁੱਕ ਰਿਹਾ ਸੀਗਾ, ਸਹੀ ਹੈ? ਬੜੀ ਬੜੀ ਮਿਹਰਬਾਨੀ ਭਾਈ, ਸ਼ੁਕਰੀਆ। ਗੁੰਮ ਗਿਆ ਕਰ ਤੂੰ ਕਸ਼ਤੀਆਂ ਗਿਆ, ਤੂੰ ਹਨੇਰਾ ਕਾਫੀ ਹੋ ਗਿਆ ਤਾਂ ਹੁਣ ਕਸ਼ਤੀਆਂ ਕੁਛ ਦੱਸਾਂ ਮੈਂ ਤਾਂ ਕੋ ਹਾਲੀ ਸਾ ਜਣੇ ਕਿਸੇ ਚ ਗਿਆ ਵਾ ਕੰਮ ਹੈਗੀ ਹਾਂਜੀ ਮਾੜੇ ਭੈਣਾਂ ਦਾ ਭਰਾਓ, ਅੱਜ ਨੇ ਵੀਡੀਓ ਸਾਨੂੰ ਤੁਸੀਂ ਅੱਗੇ ਲਾਉਣਾ ਸਾਡੀ ਨੇ ਖੂਬਸੂਰਤ ਮਨਾਜ਼ਰ ਦੱਸਿਆ, ਨਾਲ ਹੀ ਤੱਕ ਸਕਣੇ ਦਰਿਆ ਵੀ ਦੱਸਿਆ ਹੀ ਆ। ਉਸ ਤੋਂ ਬਾਅਦ ਜਨਾਬ ਲਾਉਣਾ ਸਾਡੀ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ, ਚੰਗੀਆਂ ਗੱਲਾਂ ਕੀਤੀਆਂ ਨੇ। ਇਲਾਕਾ ਵੀ ਵਾਕਿਆ ਕਾਫੀ ਖੂਬਸੂਰਤ ਹੈ, ਅਤੇ ਹੁਣ ਇਨਸ਼ਾ ਅੱਲਾ ਅਗਲੀ ਵੀਡੀਓ ਮੁਲਾਕਾਤ ਹੋ ਸੀ। ਅਗਰ ਅਸੀਂ ਕੋਈ ਰਾਏ ਮਸ਼ਵਰਾ ਦੇਣੇ ਚਾਹੁੰਦੇ ਹੋ, ਅਗਰ ਸਜੈਸ਼ਨ ਦੇਣੇ ਚਾਹੁੰਦੇ ਹੋ, ਅਸਾਂ ਫੇਸਬੁੱਕ ਪਰ ਇੱਕ ਪੇਜ ਆ, ਉੱਥੇ ਅਸੀਂ ਮੈਸੇਜ ਦੱਸੀ ਉੜੋ ਜਾਂ ਕਮੈਂਟ ਦੱਸੀ ਉੜੋ, ਇਨਸ਼ਾ ਅੱਲਾ ਹੁਣ ਅਗਲੀ ਵੀਡੀਓ ਕੀ ਮੁਲਾਕਾਤ ਹੋ ਸੀ। ਤਾਂ ਆਖਿਰ ਪਰ ਕਿਆ ਗੱਲ ਬਾਸਾਂ ਕਿ ਜਨਾਬ ਮਾੜੇ ਭੈਣਾਂ ਤੋਂ ਭਰੋ, ਜਿਨ੍ਹਾਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵਾ ਤਾਂ ਸਾਡੀਆਂ ਵੀਡੀਓ ਤੱਕਣੇ ਪਿਓ, ਉਹਨਾਂ ਦਾ ਗੁਜ਼ਾਰਿਸ਼ ਕਰਨਾ ਹੋ ਗਿਆ ਜਨਾਬ ਸਾਡੀ ਵੀਡੀਓ ਤੱਕੋ, ਲਾਈਕ ਕਰੋ, ਕਮੈਂਟ ਕਰੋ, ਅਤੇ ਉਸ ਤੋਂ ਪਹਿਲੇ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਕਰਸੋ, ਤਾਂ ਕਿ ਬੈਲ ਆਈਕਨ ਨੇ ਬਟਨ ਵੀ ਦੱਬੋ ਤਾਂ ਕਿ ਅਗਲੀ ਵੀਡੀਓ ਨੋਟੀਫਿਕੇਸ਼ਨ ਤੁਸੀਂ ਲੱਭੀ ਜਾਏ। ਹੁਣ ਇਨਸ਼ਾ ਅੱਲਾ ਅਗਲੀ ਵੀਡੀਓ ਮੁਲਾਕਾਤ ਹੋ ਸੀ, ਅਤੇ ਅੱਲਾ ਸੋਹਣੇ ਨੇ।